ਪਿੰਡਾਂ ਵਿੱਚ ਸੇਮ ਨਾਲੀਆਂ ਦੀ ਸਫਾਈ ਸਹੀ ਢੰਗ ਦੇ ਨਾਲ ਨਾ ਹੋਣ ਉਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਖੁਦ ਪਹੁੰਚੇ ਮੌਕੇ ਦੇ ਦੇਖਣ ਦੇ ਲਈ ਅਧਿਕਾਰੀਆਂ ਨੇ ਦਿੱਤੀ ਸਖਤ ਚੇਤਾਵਨੀ ਮੇਰੇ ਕੋਲੇ 2-3 ਦਿਨ ਪਹਿਲਾਂ ਬਰੂ ਵਾਲੇ ਤੋਂ ਖਾਲਸਾ ਜੀ ਵਿਣਿਆ ਤੋਂ ਬਾਈ ਬਲਦੇਵ ਸਿੰਘ ਜੀ ਰਾਜੂ ਜੀ ਇਹ ਸਾਰੇ ਵਰਕਰਾਂ ਨੇ ਜਾ ਕੇ ਕਿਹਾ ਸੀ ਕਿ ਸਫਾਈਆਂ ਦੀ ਸੇਮ ਨਾਲੀ ਬਹੁਤ ਡਿਲੇ ਹੋ ਰਹੀ ਹੈ ਲੇਟ ਹੋ ਰਹੀ ਹੈ ਅਸੀਂ ਪਰਸੋਂ ਚੋਥੇ ਡੀ ਸਾਹਿਬ ਨੂੰ ਰਿਕੁਐਸਟ ਪਾਈ ਹੈ ਤੇ ਉਹਨਾਂ ਨੇ ਉਪਰਾਲਾ ਕੀਤਾ ਉਹਨਾਂ ਨੇ ਵੀ ਸਾਥੋਂ ਲਿਸਟਾਂ ਮੰਗੀਆਂ ਵੀ ਜਿੰਨੀਆਂ ਜਲਦੀ ਤੋਂ ਜਲਦੀ ਇਹ ਚ ਕਰ ਸਕਦੇ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਅੱਜ ਅਸੀਂ ਇੱਥੇ ਸੇਵਨ ਵਾਲੀ ਦੇ ਉੱਤੇ ਪਹੁੰਚੇ ਆਂ ਤੇ ਜਿਸ ਠੇਕੇਦਾਰ ਦਾ ਕੰਮ ਕੱਲ ਨੂੰ ਸਮਾਪਤ ਹੋਣਾ ਸੀ ਉਹਦਾ 25% ਵੀ ਨਹੀਂ ਕੰਮ ਹੋਇਆ ਹੋਇਆ ਕਿਹੜੀ ਹੈ ਸੇਵਨ ਵਾਲੀ ਜੀ ਸਰਾਏ ਨਾਗਾ ਤੋਂ ਜਿਹੜੀਆਂ ਚੱਲ ਰਹੀਆਂ ਅਸੀਂ ਸਾਡੇ ਐਸਡੀਓ ਸਾਹਿਬ ਨੇ ਯਕੀਨ ਦਿਵਾਇਆ ਕਿ ਅਸੀਂ ਕੱਲ ਤੱਕ ਇਹਦੇ ਤੇ ਵੱਧ ਮਸ਼ੀਨਾਂ ਲਾ ਕੇ ਜਲਦੀ ਤੋਂ ਜਲਦੀ ਸਫਾਈ ਕਰਵਾਉਣੇ ਠੇਕੇਦਾਰ ਤੋਂ